ਲੋਇਰ ਮਾਨ ਨੇ ਸਾਰਾ ਪੱਟਤਾ ਇੱਥੋਂ ਦੀ, ਪਤਾ ਨਹੀਂ ਕੀ ਇਹਨੂੰ ਹੋਇਆ ਵਿਆ, ਇਹਨੇ ਖੋ ਆ ਸਾਰਾ ਹੀ ਖਿਲਾਰਤਾ ਇਹਨੇ ਦੇਖੋ। ਅਤੇ ਹੁਣ ਸਾਰਾ ਦੇੜ ਦੇਣਾ ਹੈ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰੇ ਬਲੌਗ ਦੇ ਵਿੱਚ ਸਵਾਗਤ ਹੈ। ਅਤੇ ਸਵੇਰੇ ਸਵੇਰੇ ਕੰਮ 'ਤੇ ਲੱਗ ਚੁੱਕੇ ਗੇ, ਅਤੇ ਅਰਮਾਨ ਹੁਣ ਟੈਂਟ ਖੋਲ੍ਹਣ ਵਾਸਤੇ ਲਾ ਰੱਖਿਆ ਗਿਆ, ਕਿਉਂਕਿ ਅਰਮਾਨ ਨੇ ਆ ਤਾਂ ਸਾਰਾ ਖੋਲ੍ਹਤਾ, ਇਹਨੇ ਖੋਲ੍ਹ ਕੇ ਕੀ ਤੋੜ ਹੀ ਦਿੱਤਾ ਇਹਨੇ, ਹੈ ਨਾ ਅਰਮਾਨ। ਇਹਨੂੰ ਆਪਾਂ ਸਾਰਾ ਉਤਾਰ ਦਿੱਤਾ ਗਾ, ਇਹਨੂੰ ਸਾਹਮਣੇ ਕੰਨ 'ਤੇ ਲਾ ਦਾਂਗੇ ਅਤੇ ਇੱਥੇ ਲਾਵਾਂਗੇ ਨਵਾਂ। ਹੁਣ ਅਰਮਾਨ ਨੂੰ ਟੈਂਟ ਖੋਲ੍ਹਣ ਵਾਸਤੇ ਲਾਇਆ ਹੋਇਆ ਗਾ, ਫਿਰ ਖੋਲ੍ਹ, ਕੰਮ ਕਰਨਾ ਨਹੀਂ। ਅਤੇ ਲਓ ਜੀ ਚੱਕਤਾ ਇਹਨੇ ਅਰਮਾਨ ਨੇ, ਜਿੰਨੇ ਜਲਦੀ ਇਹਨਾਂ ਨੂੰ ਟੈਂਟ ਲਾਉਣ ਦੀ ਹੁੰਦੀ ਉਨੇ ਹੀ ਟੈਂਟ ਜਲਦੀ ਖਿਲਾਰਤਾ ਇਹਨੇ। ਇਹਨੂੰ ਡੱਬੇ 'ਚ ਵੀ ਪਾਉਣਾ, ਇੱਦਾਂ ਨਾ ਖਿਲਾ ਕੇ ਸਿੱਟੀ ਜੇ। ਅੱਛਾ ਅਤੇ ਚਲੋ ਹੁਣ ਤੁਸੀਂ ਕੀ ਕਹੋਗੇ ਵੀ ਇਹ ਪਹਿਲਾਂ ਬਣਵਾਇਆ ਸੀ ਅਤੇ ਹੁਣ ਦੁਬਾਰਾ ਇਹ ਕਿਉਂ ਖਿਲਾਰੇਗਾ, ਕਿਉਂਕਿ ਇੱਥੇ ਆਪਾਂ ਹੁਣ ਕੰਮ ਵੀ ਚੱਲ ਰਿਹਾ ਗਾ ਲੱਕੜ ਦਾ, ਹੋਰ ਕਰਾਵਾਂਗੇ ਇੱਥੇ ਡਿਜ਼ਾਇਨ ਹੁਣ। ਤੁਹਾਨੂੰ ਦਿਖਾਵਾਂਗੇ ਲਾ ਕਿ ਕੀ ਬਣਾਵਾਂਗੇ ਇੱਥੇ, ਨਾ ਹੁਣ ਥੋੜ੍ਹੀ ਚੇਂਜ ਅਪ ਕਰਨੀ ਹੈਗੀ ਅੰਦਰ। ਲਓ ਜੀ ਇਨਾਮ ਤਾਂ ਕੱਢ ਕੇ ਫਿਲਹਾਲ ਇੱਥੇ ਰੱਖ ਦਿੱਤੇ ਗਏ, ਅਤੇ ਜਦੋਂ ਵੀ ਮਤਲਬ ਕਿ ਕੰਪਲੀਟਲੀ ਹੋਜੂਗਾ ਉਦੋਂ ਬਾਅਦ ਚੱਕ ਕੇ ਰੱਖਾਂਗੇ। ਅਤੇ ਦੋਨੇ ਜਾਣੇ ਲੱਗੇ ਹੋਏ ਆ, ਹਾਲੇ ਨਹਾਤੇ ਤੱਕ ਨਹੀਂ, ਇਹ ਸਾਰਾ ਇੱਥੇ ਜਿੰਨੀ ਵੀ ਲੱਗੀ ਸੀ ਡਰੈਸਿੰਗ ਜੀ ਤਾਰ ਦਿੱਤੀ ਹੈ, ਇਕੱਲੀ ਘੜੀ ਟੰਗੀ ਰਹਿ ਗਈ। ਅਤੇ ਅਰਮਾਨ ਸਾਡਾ ਕੰਮ ਕਰੀ, ਅਤੇ ਉਦੋਂ ਬਾਅਦ ਨਵਾਂ ਬਣਾਵਾਂਗੇ ਕੁਛ ਇੱਥੇ, ਫਿਰ ਦੇਖਦੇ ਹਾਂ। ਅੰਦਰ ਵੀ ਸਫਾਈ ਚੱਲੀ ਜਾਂਦੀ ਹੈ ਸਾਰੀ, ਕੂਹੀਆਂ ਨੇ ਗੰਦ ਪਾਇਆ। ਲਓ ਜੀ ਇਕੱਲਾ ਇਕੱਲਾ ਨਟ ਖੁੱਲ੍ਹ ਜਾਂਦਾ ਅਰਮਾਨ। ਲਓ ਜੀ ਰੋਟੀ ਖਾਈਏ ਪਹਿਲਾਂ, ਸਬਜ਼ੀ ਆਲੂ ਦੀ ਨਹੀਂ ਹੋਈ ਆ ਨਾਲ। ਹਾਂਜੀ ਬਸ ਆਹ ਦੇਖੋ ਦਾਦੂ ਪੋਤੀ ਖਾਈ ਜਾਂਦੀ ਸੀ ਸਾਡੀ, ਦਾਦੂ ਨਾਲ ਖਾਈ ਜਾਂਦੀ ਰੋਟੀ ਬੈਠੀ। ਰੋਟੀ ਖਾਈ ਜਾਂਦਾ ਲੱਡੂ ਜੀ, ਤੇਰੀਆਂ ਗੁੱਤਾਂ ਵੀ ਨਾ ਕੀਤੀਆਂ ਚ। ਜਿੰਨਾ ਕੁ ਖਿਲਾਰਾ ਚੱਕੀ ਦਾ ਓਨਾ ਹੀ ਖਿਲਾਰਾ ਫੇਰ ਪੈ ਜਾਂਦਾ ਨਾ। ਅਤੇ ਅਰਮਾਨ ਸਾਡਾ ਬਾਹਰ ਕੰਮ ਕਰਾ ਰਿਹਾ ਹੈ, ਆ ਲਾ ਦੇਣਾ ਹੁਣ ਬਾਈ ਕਰੀ ਜਾਂਦਾ ਕੰਮ, ਹਲੇ ਤਾਂ ਰੰਦੇ ਹੀ ਤਿੱਖੇ ਕਰੀ ਜਾਂਦਾ। ਲੱਗ ਗਿਆ ਫੈਵੀਕੋਲ, ਜਵਾਕ ਦੇਖੀ ਜਾਂਦੇ ਆ ਚਪਾਵਾਂਗੇ ਕਾਹਦੇ ਚਪਾਵਾਂਗੇ, ਫਿਰ ਅਸੀਂ ਟੇਪਾਂ ਲਾ ਦਿਆਂਗੇ ਹਨਾ ਇਹਦੇ।